अस्सलाम वालेकुम। बुजुर्गो की ना है तुम्हारा? कुर्बान अली जी। तो उम्र माशाल्लाह कितनी हो गई है तुम्हारी? या को दिहाड़ी काट वे या 100 दे उत्ते वे। सही है, यानी कि 100 साल उम्र माशाल्लाह हो गई है तुम्हारी। ठीक है ठीक है। तो तू ही अपना फिर हिंदुस्तानो ही इधर आए होने हो या इथों दे रहने वाले हो? इथों जद्दी रहने वाले। ठीक है, तो जेडे उधरों लोग आए ने उन्होंने तुम वेख्या वुख्या होना की उन्हों का हिसाब किताब उन्होंने बारे की ख्याल है तुहाडा? वो जो आए वो वक्त जरा दसो कि लोगों को पता लगे, क्योंकि हूँ तो जोड़े मुंडे ने वो इं पंजा सठा सठा साल उन्होंने की पता हूँ 100 साल के बाबे तो लभद ने कि एक शहर से जाके एक तो तुम जरा दसो वाकया वो की ही किमें लोग आए कि? हाँ जी पहले दस देना ਕਿਵੇਂ ਇੱਥੋਂ ਗਏ? ਸਹੀ ਹੈ। ਹਾਂਜੀ ਲਓ ਜੀ, ਇੱਥੋਂ ਇਸ ਤਰ੍ਹਾਂ ਗਏ ਚੇਤਰ ਦੇ ਦਿਨ ਸਨ। ਸਹੀ ਹੈ। ਤੇ ਚਮਿਆਰ ਮੁੰਡਾ ਸਾਡੇ ਪਿੰਡ ਰਾਮੂ ਚਮਿਆਰ ਸੀ। ਸਹੀ ਹੈ। ਉਹ ਜਾਂਦਾ ਹੁੰਦਾ ਸ਼ਹਿਰ। ਠੀਕ ਹੈ। ਸ਼ਹਿਰ ਜਾਂਦਾ ਹੁੰਦਾ ਸੀ, ਫੌਜੀ ਬੂਟ ਸੀ ਹੁੰਦਾ ਹੁੰਦਾ ਸੀ, ਇੱਕ ਸਿਉਂ ਕਹਿੰਦਾ 5 ਰੁਪਏ ਉਹਨੇ ਲੈਣੇ। ਠੀਕ ਹੈ ਠੀਕ ਹੈ। ਹਾਂਜੀ ਸਹੀ ਹੈ। ਤੇ ਆਂਡੇ ਖਾਣੇ ਸ਼ਰਾਬ ਪੀ ਛੱਡਣਾ ਆਣ ਕੇ ਪਿੰਡ। ਠੀਕ ਹੈ। ਉੱਥੋਂ ਰੌਲੇ ਪੈ ਗਏ ਮੱਠੇ ਮੱਠੇ। ਸਹੀ ਹੈ। ਜੇ ਕਿ ਰੌਲੇ ਪੈ ਗਏ ਤੇ ਉਹ ਹਜ਼ਰਤ ਇਮਾਮ ਸਾਹਿਬ ਦੇ ਕੋਲੋਂ ਹੀ ਘਰ ਲੰਘੇ। ਠੀਕ ਹੈ। ਤੇ ਉੱਥੇ ਰੌਲੇ ਪਏ ਹਨ ਤੇ ਉਹਦੇ ਪਿੱਛੇ ਬੰਦੇ ਚੜ ਗਏ। ਸਹੀ ਹੈ। ਜੇ ਕਿ ਚੜ ਗਏ। ਅੱਛਾ। ਤੇ ਉਹ ਆਪਣਾ ਨਸਿਆ। ਅੱਛਾ। ਇਮਾਮ ਸਾਹਿਬੋਂ ਪੁਲੀ ਨਿਕਲਦੀ ਸੀ ਦੱਖਣ ਨੂੰ। ਸਹੀ ਹੈ। ਅੱਗੇ ਬੇਰੀਆਂ ਹਨ। ਸਹੀ ਹੈ। ਉੱਥੇ ਪਹੀਵਾਰਾ ਬੈਠਾ ਸੀ। ਸਹੀ ਹੈ। ਲੇਕਿਨ ਪਹੀਵਾਰਾ ਬੈਠਾ ਤੇ ਉਹਦੇ ਪਿੱਛੇ ਕਸ਼ਮੀਰੀ ਮੁੰਡੇ ਕੋਲੋਂ ਬੰਦੇ ਚੜ ਗਏ। ਚੜ ਗਏ ਉਹ ਅੱਗੇ ਨਸਿਆ, ਉੱਥੇ ਮਾਰ ਕੇ ਨਾ ਛੁਰੀਆਂ ਛਰੀਆਂ ਅਤੇ ਉਹਨੂੰ ਆਪਣੇ ਉਹਨੂੰ ਮਾਰ ਕੇ ਉਹ ਪਹੀਵਾਰੇ ਫੜ ਕੇ ਧਰੋ ਕੇ ਅਤੇ ਆਪਣੀਆਂ ਕੁੱਲੀ 'ਚ ਕਰ ਲਿਆ ਅਤੇ ਆਖਣ ਲੱਗਾ ਹਾਂ ਬਈ ਤੂੰ ਕਿਹੜੇ ਸੰਗਦਾ ਮੈਂ ਹੈ ਭਾਣਿਆ ਹੀ ਜਾਵਾਂ। ਚਲੋ ਉਹ ਆਪਣਾ ਉੱਥੇ ਬਹਿ ਗਿਆ। ਸਹੀ ਹੈ। ਉਹਨੂੰ ਪਾਣੀ ਛਾਣੀ ਪਿਲਾਇਓ ਸੀ। ਠੀਕ ਹੈ। ਜੇ ਕਿ ਬਹਿ ਗਿਆ ਅਤੇ ਲਗਾ ਆਖਣ ਭਈ ਰਾਜ ਬਹਿ ਗਿਆ ਵੀ ਬਾਈ ਤੂੰ ਪਾਣੀ ਵਾਲੀ ਦਾ ਇੰਨੇ ਜੀ ਮੈਂ ਕੌੜਿਆਂ ਦਾ ਵਾਂ। ਸਹੀ ਹੈ। ਕੋਈ ਆਖੇ ਮੈਂ ਆਕੀ ਵਾਲੀ ਦਾ ਵਾਂ। ਠੀਕ ਹੈ। ਕੋਈ ਆਖੇ ਮੈਂ ਉਦਲਾਂ ਦਾ ਵਾਂ। ਸਹੀ ਹੈ। ਹਾਂਜੀ ਕੰਮ ਤਾਂ ਲੋਕ ਜਾਣ ਪਏ। ਜਿਸ ਘੜੀ ਇੱਕ ਆਖਣਾ ਮੈਂ ਪਾਣੀ ਵਾਲੀ ਦਾ ਅਹੁਰਾ ਆਹ ਵੇ ਉਹ ਬੰਦਾ ਕਿਹੜਾ ਵੇ ਉਹਨੇ ਆਖਿਆ ਸਾਡੇ ਪਿੰਡ ਦਾ ਰਾਮੂ ਜੀ ਮਿਆਰ ਹੈ। ਸਹੀ ਹੈ। ਜਾ ਪਿੰਡ ਅਤੇ ਪਿੰਡ ਜਾ ਕੇ ਪਤਾ ਕਰ ਅਤੇ ਇਹਨੂੰ ਭਾਈ ਇੱਥੋਂ ਲੈ ਲਿਓ। ਸਹੀ ਹੈ। ਹਾਂ ਜਾ ਉਹ ਕੋ ਦੱਸ ਦੇਣ ਉਹਨੂੰ ਲਿਆਂਦਾ ਉਹਦਾ ਰੌਲਾ ਥੋੜ੍ਹਾ ਥੋੜ੍ਹਾ ਲੱਗ ਪਿਆ ਪੈਣ ਉਹ ਕੰਨਾਂ 'ਚ ਗੱਲਾਂ ਉੱਤਰ ਗੱਲਾਂ ਲੱਗ ਪਈਆਂ ਹੋਣ। ਠੀਕ ਹੈ ਠੀਕ ਹੈ। ਅਤੇ ਸਾਡੇ ਜਿਹੜੇ ਮੁਸਲਮਾਨ ਸਨ ਹਾਂਜੀ ਇਹਨਾਂ ਉੱਥੇ ਰੋਕਾ ਪੀਣ ਦਾ ਪਤਾ ਸੀ ਹੋਰ ਕਿਸੇ ਗੱਲ ਦਾ ਹੋਰ ਕਿ ਆਹ ਵੇਖੀ ਜਾਏਗੀ। ਸਹੀ ਹੈ। ਅਤੇ ਜਿਹੜੇ ਸਿੱਖ ਸਨ ਹਾਂਜੀ ਇਹਨਾਂ ਸ਼ਾਮ ਨੂੰ ਘੋੜੀਆਂ ਸਵੇਰੇ ਘੋੜੀਆਂ ਭਜਾਉਣੀਆਂ ਨੇ। ਠੀਕ ਹੈ। ਉਹ ਗੱਲ ਸਿਆਲਕੋਟ ਦੀ ਕਚਹਿਰੀ ਦੀ ਹੋਣੀ ਉਹਦੇ ਪਰੇ ਸਾਰੀ ਲਿਆ ਕੇ ਠੀਕ ਹੈ ਅਤੇ ਜਿਹੜੀ ਰਾਜ ਖੂਹ 'ਚ ਆਉਣੇ ਸਿੱਖਾਂ ਦੀ ਉੱਥੇ ਦੱਸੀ ਜਾਣਾ ਪਿਆ ਅੱਜ ਆਹ ਹੁੰਦਾ ਜੇ ਅੱਜ ਆਹ ਹੁੰਦਾ ਜੇ ਅੱਜ ਆਹ ਹੁੰਦਾ ਜੇ ਯਾਨੀ ਕਿ ਸਿੱਖ ਸਿਆਣੇ ਹਨ। ਆਹੋ ਉਦੋਂ ਮੁਸਲਮਾਨ ਨਹੀਂ ਹਨ ਸਿਆਣੇ ਅਤੇ ਸਿੱਖ ਸਿਆਣੇ ਹਨ। ਠੀਕ ਹੈ। ਅੱਛਾ ਸਾਡੇ ਇੱਕ ਦੇਵੀ ਦਿੱਤਾ ਸੀ ਚਮਿਆਰ ਜੀ ਉਹਨੇ ਨਾਲੇ ਜੁੱਤੀਆਂ ਸੀ ਹੋਣੀਆਂ। ਸਹੀ ਹੈ। ਅਤੇ ਉਹਨੇ ਉਹਦੇ ਕੋਲ ਵਡੇਰੇ ਬੰਦੇ ਬੈਠੇ ਹੋਣੇ ਉਹ ਵੀ ਵਡੇਰਾ ਸੀ ਅਤੇ ਵਡੇਰੇ ਬੰਦੇ ਬੈਠੇ ਹੋਣੇ ਤਾਂ ਉਹਨੇ ਆਖਣਾ ਇੱਕ ਰੋਜ਼ ਉਹ ਆਵੇਗਾ ਮਾਂ ਪੁੱਤਰ ਨਾਲ ਸੰਭਾਲੇਗੀ। ਠੀਕ ਹੈ। 100 ਰੁਪਈਏ ਦੀ ਅੰਨ ਨਾਲ ਲੱਭੇਗਾ। ਬਿਲਕੁਲ ਉਹ ਦਿਨ ਆ ਗਏ ਨੇ ਹੁਣ। ਅੱਛਾ ਅਤੇ ਮਾਵਾਂ ਪੁੱਤਰਾਂ ਨੂੰ ਛੱਡ ਕੇ ਟੁੱਟ ਜਾਣਗੀਆਂ ਪੁੱਤਰ ਮਾਵਾਂ ਨੂੰ ਛੱਡ ਕੇ ਟੁੱਟ ਜਾਣਗੇ। ਸਹੀ ਹੈ ਸਹੀ ਜੀ। ਚਾਹਣਾ ਬਾਬਾ ਗੱਲ ਕਰਦਾ ਪਿਆ ਅਤੇ ਵਾਕਈ ਉਹ ਆਪਣੀ ਹੱਥੀ ਸਭ ਕੁਝ ਵੇਖਿਆ। ਬਿਲਕੁਲ ਉਂਝ ਹੀ ਹੋਣ ਡਿਆ ਉਸ ਤਰ੍ਹਾਂ ਹੋਇਆ। ਫਿਰ ਆ ਉਹਦਾ ਸਿਰ ਮੁੰਨਿਆ ਉਹਦਾ ਨਾਂ ਸੁਲਤਾਨ ਰੱਖਿਆ। ਠੀਕ ਹੈ। ਚਮਿਆਰ ਦਾ ਫਿਰ ਉਹ ਸਾਡਾ ਨਮਾਜ਼ ਪੜ੍ਹਨ ਜਾਵੇ ਕਰੇ। ਠੀਕ ਹੈ। ਉਹਨੂੰ ਫਿਰ ਤੁਸੀਂ ਕੀਤਾ ਮੁਸਲਮਾਨ ਤਬ ਜਿੱਦਾਂ। ਹਾਂਜੀ ਸਹੀ ਹੈ। ਅੱਛਾ ਲਓ ਜੀ ਹੁੰਦਿਆਂ ਹੁੰਦਿਆਂ ਜੀ ਵਾਹਵਾ ਰੌਲਾ ਪੈ ਗਿਆ। ਅੱਛਾ। ਨਿੱਕੀ ਈਦ ਸੀ ਨਿੱਕੀ ਈਦ ਦੀ ਨਮਾਜ਼ ਪੜ੍ਹ ਕੇ ਚਲੇ ਗਏ ਅਤੇ ਇਹ ਵੇਲਾ ਹੋਇਆ ਨਾ। ਠੀਕ ਹੈ। ਆ ਗਏ ਨਹੀਂ। ਸਹੀ ਹੈ। ਆ ਗਏ ਨਹੀਂ ਆਇਆ ਕੋਈ ਵੀ ਨਾ। ਠੀਕ ਹੈ। ਰੌਲਾ ਪੈ ਗਿਆ ਦੁਨੀਆ 'ਤੇ। ਜੰਗ ਲੱਗੀ ਨਹੀਂ ਸਨ ਪੈ 47 ਦੀ ਗੱਲ ਵੱਖਰੇ ਵੱਖਰੇ ਹੋਏ। ਅੱਛਾ ਆ ਗਏ ਨਹੀਂ ਹੋਇਆ ਆਇਆ ਕੋਈ ਵੀ ਨਾ। ਲਓ ਜੀ ਉਦੋਂ ਲੱਗ ਕੇ ਗੱਲ ਸ਼ੁਰੂ ਹੋ ਗਈ। ਸਹੀ। ਕੁਛ ਮੁੱਚੀਆਂ ਆਹ ਸਿੱਖਾਂ ਅਸੀਂ ਸਿੱਖਾਂ ਵਿੱਚ ਰਹਿੰਦੇ ਹੁੰਦੇ ਸਾਨੂੰ ਕੋਈ ਪੜਦਾ ਨਹੀਂ ਨਾ ਹਮਦਾਰੀ ਸੀ
ਕਿ ਜਮੇ ਪਲੇ ਉਹਨੂੰ ਗਈ ਸਾਂ। ਅੱਛਾ ਉਹ ਅਸਾਂ ਗੱਲ ਕਰਨੇ ਆ ਤਾਂ ਉਹਨਾਂ ਵਿਵਾਦ ਜਾਣ ਗੱਲ ਕੋਈ ਨਾ ਵਿਵਾਦ ਭੁਲੇਖਾ ਲਾ ਜਾਣਾ ਵਿੱਚ ਹੋਰ ਹੋਰ ਗੱਲ ਆ ਪੈਣਾ ਕਰਨ ਅਤੇ ਇਹਨਾਂ ਨੂੰ ਪਤਾ ਨਾ ਲੱਗੇ। ਠੀਕ ਚਲੋ ਹੁੰਦਿਆਂ ਹੁੰਦਿਆਂ ਉਹ ਜਿਹਨਾਂ ਨੂੰ ਪਾਦਰੋਂ ਆ ਗਿਆ ਜੇ ਕਿ ਪਾਦਰੋਂ ਆ ਗਿਆ ਅਤੇ ਸਰੂਰਾ ਸੀ ਕਪੂਰ ਸਿੰਘ ਸੀ ਮੋਹਮੀਨ ਦਾ ਦੀਵਾਨ ਸਿੰਘ ਦਾ ਭਤਰੀਆ। ਠੀਕ ਦੇਵੀ ਜਿੱਤੇ ਦਾ ਭਤਰੀਆ ਸਹੀ ਉਹ ਇੱਥੇ ਹੁੰਦੇ ਹਨ ਸਿੱਖ ਅਤੇ ਹਿੰਦੂ। ਆਹੋ ਹਿੰਦੂ ਨੇ ਸਾਡੇ ਸਿੱਖ ਹੀ ਸਨ ਇੱਧਰ ਸਿੱਖ ਹੁੰਦੇ ਹਨ ਇਹਨਾਂ ਇਲਾਕਿਆਂ 'ਚ। ਠੀਕ ਉਹ ਪਹਿਲੂ ਮੇਰੇ ਕੋਲੋਂ ਹੀ ਲੰਘ ਗਿਆ। ਠੀਕ ਗਲੀਏ ਗਲੀਏ ਫਿਰ ਘਰ ਪਰਤ ਕੇ ਆਇਆ ਹੈਲੋ ਸਹੀ ਹੈ ਸਹੀ ਫਿਰ ਆ ਕੇ ਆਉਂਦਾ ਕੁਰਬਾਨ ਮੈਂ ਕਿਹਾ ਕੀ ਗੱਲ ਹੈ ਅਰੇ ਮੇਰੀ ਕੁੜੀ ਮਰ ਗਈ ਹੈ। ਠੀਕ ਅੱਛਾ ਬਾਬਾ ਲਾਲ ਮੈਂ ਬਾਬਾ ਲਾਲ ਹਾਂ ਮੈਂ ਤੇਰੇ ਯਾਰ ਦੀ ਕੁੜੀ ਮਰ ਗਈ ਆ ਆ ਚੱਲ ਕੇ ਕਬਰ ਕੱਢੀਏ ਚੱਲ ਫਿਰ ਆ ਰੰਭਾ ਲਿਆ ਕਈ ਲਈ ਅਤੇ ਝੱਬਲ ਲਿਆ ਇੱਥੇ ਆ ਕੇ ਟੋਆ ਕੱਢਿਆ ਉਹਨਾਂ ਨੂੰ ਨਹਾਲ ਧੁਆਲ ਕੇ ਵਿੱਚ ਧਰੀ ਅਤੇ ਉਜਰਾਂ ਨੂੰ ਨਾ ਇਹਨਾਂ ਪਿੰਡਾਂ ਦੇ ਚੌਰੀ ਜਿਹੜੇ ਹਨ ਲੱਕੜੇ ਦੇ ਕੌੜਿਆਂ ਦੇ ਮੁਸਲਮਾਨ ਇਹ ਸਾਰੇ ਆ ਗਏ ਆਉਣ ਕੇ ਲੱਗੇ ਆਖਣ ਦਾ ਵੀ ਗੱਲ ਸੁਣੋ ਝੂਠ ਸਿੰਘਾਂ ਬੂਰ ਸਿੰਘਾਂ ਸਰਦਾਰ ਤੇਜਾ ਸਿੰਘਾਂ ਬਾਈ ਗੱਲ ਇਹ ਸਾਡੇ ਤੁਹਾਡੇ ਦਿਹਾੜੇ ਲੰਘੇ ਨੇ ਚੰਗੇ ਸਹੀ ਹੈ ਸਹੀ ਹੈ ਅਤੇ ਜਿਸ ਤਰ੍ਹਾਂ ਅੱਗੇ ਦੁਨੀਆ ਵੱਸਦੀ ਹੈ ਨਾ ਹਾਂਜੀ ਇਸ ਤਰ੍ਹਾਂ ਹੀ ਆਪਣਾ ਸਲੂਕ ਨਾਲ ਦਿਹਾੜੇ ਕੱਢੀਏ ਅਤੇ ਸ਼ੋਰ ਨਾ ਪਾਓ ਨਾ ਤੁਸੀਂ ਪਾਓ ਨਾ ਅਸੀਂ ਪਾਈਏ ਸਹੀ ਹੈ ਭਰਾ ਵਾਂਗੂ ਦਿਹਾੜੇ ਕੱਢੀਏ ਕੋਈ ਕੋਈ ਗੱਲ ਆਖਣ ਅਸਾਂ ਜਾਣਾ ਅਸਾਂ ਜਾਣਾ ਕੁਝ ਸਿਆਲਕੋਟੋਂ ਵੀ ਤੁਰ ਗਏ ਹਨ ਅੱਧਾ ਸਿਆਲਕੋਟ ਇਹ ਖੜਕ ਸਿੰਘ ਜੀ ਪੀਰੂ ਚੱਕ ਵਾਲਾ ਇਹਦਾ ਬਾਲ ਬੱਚਾ ਵੀ ਤੁਰ ਗਿਆ ਆ ਹਾਂਜੀ ਵਿੱਚੋਂ ਹੀ ਬੜੇ ਦੁਨੀਆ ਤੁਰ ਗਈ ਹੋਈ ਉਹ ਫਿਰ ਆ ਗਏ ਇਸ ਤਰ੍ਹਾਂ ਫਿਰ ਰੌਲਾ ਪਿਆ ਆਪਦੇ ਚਲੋ ਬਾਈ ਬਦਰਦੀ ਕਰਦੇ ਹਾਂ ਲਓ ਜੀ ਪੇਸ਼ੀ ਹੋ ਗਈ ਇੱਕੋ ਹੀ ਗੱਲ ਉਹ ਕਰੀ ਜਾਂਦੇ ਆਹ ਜਾਣਾ ਅਸਾਂ ਜਾਣਾ ਸਾਹਾਂ ਜਾਣਾ ਭੁੰਦੀ ਲੱਗੇ ਆਖਣ ਉਹ ਵੱਡੇ ਦੇ ਤਰਲੇ ਲੈਂਦੇ ਹਾਂ ਵੀ ਇਹਨਾਂ ਦੇ ਵੀ ਸਲੂਕ ਨਾਲ ਦਿਹਾੜੇ ਕੱਢੀਏ ਹੈਂ ਅੱਛਾ ਲਓ ਜੀ ਉਹਨਾਂ ਆਖਿਆ ਬਾਈ ਇੰਨੀ ਗੱਲ ਅਸੀਂ ਨਹੀਂ ਆਉਂਦੇ ਚੁੱਕ ਦਿਓ ਅਤੇ ਮਰਜ਼ੀ ਕਰੋ ਆਪਣੀ।